ਜਦੋਂ ਔਰਤਾਂ ਖਿਲਾਫ ਹਿੰਸਾ ਦਾ ਜ਼ਿਕਰ ਆਉਂਦਾ ਹੈ ਤਾਂ ਆਮ ਸਮਝ ਵਿੱਚ ਸਰੀਰਕ ਜਾਂ ਜਿਨਸੀ ਹਮਲਿਆਂ ਨੂੰ ਹੀ ਹਿੰਸਾ ਸਮਝ ਲਿਆ ਜਾਂਦਾ। ਪਰ ਕਾਨੂੰਨ ਅਤੇ ਮਾਹਰਾਂ ਮੁਤਾਬਕ ਔਰਤਾਂ ਖਿਲਾਫ ਹਿੰਸਾ ਦੇ ਕਈ ਰੂਪ ਹਨ। ਸਰੀਰਕ ਹਿੰਸਾ, ਜ਼ੁਬਾਨੀ ਹਿੰਸਾ, ਮਨੋਵਿਗਿਆਨਿਕ ਜਾਂ ਭਾਵਨਾਤਮਕ ਹਿੰਸਾ, ਜਿਨਸੀ ਹਿੰਸਾ, ਆਰਥਿਕ ਹਿੰਸਾ, ਸਮਾਜਿਕ ਜਾਂ ਸੱਭਿਆਚਾਰਕ ਹਿੰਸਾ, ਤਕਨੀਕੀ ਹਿੰਸਾ, ਧਾਰਮਿਕ ਹਿੰਸਾ। ਫਿਜ਼ੀਕਲ ਵਾਇਲੈਂਸ ਦੀ ਆਪਾਂ ਗੱਲ ਕੀਤੇ ਤਾਂ ਚਪੇੜ ਮਾਰਤੀ, ਬਾਲ ਪੁੱਟਤੇ, ਮਾਰਤਾ, ਮਾਰ ਕੁਟਾਈ ਵਾਲੀ ਗੱਲ ਹੋ ਗਈ। ਅਤੇ ਵਰਬਲ ਵਾਇਲੈਂਸ ਦੀ ਜਦੋਂ ਗੱਲ ਕਰਦੇ ਹਾਂ, ਆਪਾਂ ਕਿਸੇ ਦੇ ਨਾਂ ਰੱਖ ਦਿੰਦੇ ਹਾਂ, ਗਾਲੀ ਗਲੋਚ ਕਰ ਦਿੰਦੇ ਹਾਂ, ਤਾਨੇ ਮਾਰਦੇ ਹਾਂ। ਮਾਹਰਾਂ ਮੁਤਾਬਕ ਜ਼ੁਬਾਨੀ ਹਿੰਸਾ ਦੇ ਹੋਰ ਉਦਾਹਰਣ ਵੀ ਹਨ, ਜਿਵੇਂ ਔਰਤਾਂ 'ਤੇ ਚੀਕਣਾ, ਅਪਮਾਨ ਕਰਨਾ, ਦਿਲ ਦੁਖਾਉਣ ਵਾਲਾ ਅਤੇ ਅਪਮਾਨਜਨਕ ਮਜ਼ਾਕ ਕਰਨਾ, ਬਹੁਤ ਜ਼ਿਆਦਾ ਅਣਉਚਿਤ ਆਲੋਚਨਾ ਕਰਨਾ। ਤੁਸੀਂ ਮੋਟੇ ਹੋ ਗਏ ਤਾਂ ਤੁਹਾਡੇ ਕੋਲ ਸਾਈਕੋਲੋਜੀਕਲ ਪ੍ਰੈਸ਼ਰ ਤੁਹਾਡੇ ਆਪਣੇ ਮਾਂ ਪਿਓ ਦੇ ਦਿੰਦੇ ਨੇ ਕਿ ਤੂੰ ਇੰਨੀ ਮੋਟੀ ਹੋ ਗਈ ਹੈ, ਕੌਣ ਤੇਰੇ ਨਾਲ ਵਿਆਹ ਕਰੇਗਾ। ਦੈਟਸ ਫੋਰਮ ਆਫ ਵਾਇਲੈਂਸ। ਮਾਹਰ ਭਾਵਨਾਤਮਕ ਜਾਂ ਮਨੋਵਿਗਿਆਨਿਕ ਹਿੰਸਾ ਦੇ ਵੀ ਉਦਾਹਰਣ ਦੱਸਦੇ ਹਨ, ਜਿਵੇਂ ਕਿਰਦਾਰ 'ਤੇ ਦੋਸ਼ ਲਗਾਉਣਾ, ਦਾਜ ਨਾ ਲਿਆਉਣ ਕਾਰਨ ਅਪਮਾਨ ਕਰਨਾ, ਬੱਚਾ ਪੈਦਾ ਨਾ ਹੋਣ ਕਾਰਨ ਨੀਚਾ ਦਿਖਾਉਣਾ, ਔਰਤ ਨੂੰ ਨੌਕਰੀ ਕਰਨ ਤੋਂ ਰੋਕਣਾ। ਇੱਕ ਪੰਜਾਬੀ 'ਚ ਕਹਾਵਤ ਵੀ ਹੈ, ਕੁੜੀਆਂ ਜਿਹੜੇ ਹੈ ਉਹ ਆਟੇ ਦਾ ਦੀਵਾ ਹੈ, ਘਰ ਰੱਖੋ ਤਾਂ ਚੂਹੇ ਖਾਂਦੇ, ਬਾਹਰ ਕੱਢੋ ਤਾਂ ਕਾਂ ਖਾ ਲੈਣ। ਜਿਨਸੀ ਹਿੰਸਾ ਦੇ ਕੁਝ ਉਦਾਹਰਣ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਮਲ ਹਨ ਰੇਪ, ਬਿਨਾਂ ਸਹਿਮਤੀ ਤੋਂ ਛੂਹਣਾ, ਬਿਨਾਂ ਸੁਰੱਖਿਆ ਸੈਕਸ ਲਈ ਮਜਬੂਰ ਕਰਨਾ, ਸਾਥੀ ਨੂੰ ਕਿਸੇ ਹੋਰ ਨਾਲ ਸੈਕਸ ਕਰਨ ਨੂੰ ਮਜਬੂਰ ਕਰਨਾ, ਪੋਰਨੋਗ੍ਰਾਫੀ ਦਿਖਾ ਕੇ ਸੈਕਸ ਕਰਨ ਲਈ ਮਜਬੂਰ ਕਰਨਾ। ਤੁਸੀਂ ਪ੍ਰੋਪਰਟੀ ਜਿਵੇਂ ਸਰਕਾਰ ਨੇ ਕਹਿਤਾ ਰਜਿਸਟਰਡ ਕਰਾਓ ਅਤੇ ਤੁਹਾਨੂੰ 2% ਰਜਿਸਟਰੀ 'ਤੇ ਕੰਸੈਸ਼ਨ ਮਿਲ ਜਾਏਗੀ, ਅਤੇ ਤੁਸੀਂ ਪ੍ਰੋਪਰਟੀ ਤਾਂ ਉਹਦੇ ਨਾਂ 'ਤੇ ਕਰਤੀ 2% ਬਚਾਉਣ ਲਈ, ਲੇਕਿਨ ਕਿਆ ਉਹਦਾ ਆਪਣਾ ਪੂਰਾ ਰਾਈਟ ਹੈ? ਉਹ ਜਿਹਨੂੰ ਚਾਹੇ ਵੇਚੇ, ਜੋ ਮਰਜ਼ੀ ਕਰੇ, ਨਹੀਂ ਕਰ ਸਕਦੀ, ਅਤੇ ਤੁਸੀਂ ਕੰਟਰੋਲ ਕਰ ਰਹੇ ਹੋ ਉਹਨੂੰ। ਪੇਰੈਂਟਲ ਪ੍ਰੋਪਰਟੀ ਮੇ ਵੀ ਆਪਣੀ ਰਾਈਟ ਟੂ ਪ੍ਰੋਪਰਟੀ ਹੁਣ ਕੋਨਸਟੀਟਿਊਸ਼ਨ ਨੇ, ਆਪਣੇ ਲਾਅ ਨੇ ਦਿੱਤਾ, ਇਕੁਅਲ ਰਾਈਟ ਹੋ ਗਿਆ। ਹੁਣ ਇਕੁਅਲ ਰਾਈਟ ਮੈਂ ਬਹੁਤ ਸਾਰੇ ਪਰਿਵਾਰ ਦੇ ਵਿੱਚ ਹੀ ਇਹ ਹੈ, ਤੂੰ ਕੀ ਕਰੇਗੀ ਪ੍ਰੋਪਰਟੀ ਲੈ ਕੇ, ਭਰਾ ਨਾਲ ਵਿਗਾੜਨੀ ਹੈ? ਆਪਾਂ ਬਹਿਣਾ ਹੀ ਕਹਿ ਦਿੰਦੇ ਨੇ ਕਿ ਨਾ, ਇਹ ਤਾਂ ਭਰਾ ਦਾ ਹੱਕ ਹੈ, ਅਸੀਂ ਕਿਉਂ ਲਈਏ। ਮਾਂ ਪਿਓ ਕੱਟ ਜਾਂਦੇ ਆ ਕਿਉਂਕਿ ਉਹਨਾਂ ਦੀ ਮਰਜ਼ੀ ਨਾਲ ਵਿਆਹ ਨਹੀਂ ਕਰ ਰਹੀ, ਜਾਂ ਉਹਦੀ ਗੱਲ ਨਹੀਂ ਸੁਣ ਰਹੀ, ਆਪਣੀ ਮਰਜ਼ੀ ਨਾਲ ਰਹਿਣਾ ਚਾਹੁੰਦੀ ਹੈ, ਕਿਸੇ ਨਾਲ ਵਿਆਹ ਕਰਨਾ ਚਾਹੁੰਦੀ ਹੈ, ਤੁਸੀਂ ਵਿਆਹ ਨਹੀਂ ਕਰਨ ਦਿੰਦੇ। ਤਾਂ ਮੈਂ ਕਹਿੰਦੀ ਹਾਂ ਇਹੋ ਜਿਹੇ ਕੇਸਿਸ ਮੈਂ ਤਾਂ ਸਭਸੇ ਬੜਾ ਵਾਇਲੈਂਸ ਤਾਂ ਮਾਂ ਪਿਓ ਕਰਦੇ ਨੇ। ਆਪਣਾ ਪੀਅਰ ਗਰੁੱਪ ਜਿਹੜਾ, ਤੁਹਾਡੇ ਆਪਣੇ ਦੋਸਤ ਹੈ, ਰਿਸ਼ਤੇਦਾਰ ਹੈ, ਸਾਰੇ ਤੁਹਾਡੇ ਤੋਂ ਕੰਨੀ ਕੱਢ ਦਿੰਦੇ ਨੇ ਕਿ ਇਹ ਤਾਂ ਕੈਰੈਕਟਰਲੈਸ ਹੈਗੀ। ਸਮਾਜਿਕ ਹਿੰਸਾ ਦੇ ਉਦਾਹਰਣਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼ਾਮਲ ਹਨ ਅਖੌਤੀ ਅਣਖ ਲਈ ਕਤਲ, ਦਾਜ ਸੰਬੰਧੀ ਹਿੰਸਾ, ਜ਼ਬਰਦਸਤੀ ਬਿਨਾਂ ਸਹਿਮਤੀ ਤੋਂ ਵਿਆਹ, ਬਾਲ ਵਿਆਹ, ਘਰੇਲੂ ਹਿੰਸਾ, ਭਰੂਣ ਦੇ ਲਿੰਗ ਦੀ ਜਾਂਚ ਅਤੇ ਭਰੂਣ ਹੱਤਿਆ। ਮਾਹਰ ਤਕਨੀਕੀ ਹਿੰਸਾ ਦੇ ਉਦਾਹਰਣ ਵੀ ਦਿੰਦੇ ਹਨ, ਜਿਵੇਂ ਡਿਜੀਟਲ ਅਕਾਊਂਟ ਹੈਕ ਕਰਨਾ, ਫੋਨ ਕਾਲਸ ਜਾਂ ਸੋਸ਼ਲ ਮੀਡੀਆ ਗੱਲਬਾਤ ਟਰੈਕ ਕਰਨੀ, ਸੋਸ਼ਲ ਮੀਡੀਆ ਸਮੇਤ ਔਰਤ ਦੇ ਹੋਰ ਡਿਜੀਟਲ ਖਾਤਿਆਂ ਦੇ ਪਾਸਵਰਡ ਦੀ ਮੰਗ ਕਰਨੀ, ਸੋਸ਼ਲ ਮੀਡੀਆ ਜਾਂ ਹੋਰ ਤਕਨੀਕੀ ਸਾਧਨਾ ਜ਼ਰੀਏ ਉਸਨੂੰ ਧਮਕਾਉਣਾ, ਸ਼ੋਸ਼ਣ ਕਰਨਾ। ਸਪਿਰਿਚੁਅਲ ਲੀਡਰਸ ਬਣ ਕੇ ਅਤੇ ਇਹ ਇਸ ਤਾਂਤਰਿਕ ਬਣ ਕੇ ਤੁਸੀਂ ਕਿੰਨਾ ਵਾਇਲੈਂਸ ਕਰੋ, ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਮਤਲਬ ਔਰ ਇਨ ਚੀਜ਼ਾਂ ਦਾ ਕੋਈ ਸਾਡੇ ਕੋਲ ਅਕਾਊਂਟਸ ਨਹੀਂ ਹੈ, ਰਿਪੋਰਟਿੰਗ ਨਹੀਂ ਹੈ ਪੁਲਿਸ ਕੇ ਪਾਸ। ਤੁਸੀਂ ਦੇਖੋਗੇ ਨਾ ਪੁਲਿਸ ਕੇ ਪਾਸ ਰਿਪੋਰਟਿੰਗ ਹੈ, ਨਾ ਇਹ ਅਕਾਊਂਟਸ ਮੇਂ ਆਤਾ ਹੈ, ਨਾ ਇਹ ਇਸ ਤਰ੍ਹਾਂ ਕੇ ਕ੍ਰਾਈਮਸ ਮੇਂ ਜਾਤਾ ਹੈ, ਅਨਟਿਲ ਅਨਲੈਸ ਕਿ ਕੋਈ ਕੰਪਲੇਨ ਕਰੇ। ਅਸੀਂ ਕਾਨੂੰਨੀ ਮਾਹਰ ਤੋਂ ਵੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕਾਨੂੰਨੀ ਢਾਂਚੇ ਵਿੱਚ ਇਸ ਹਿੰਸਾ ਨੂੰ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ।
ਡਿਗਨੀਫਾਈਡ ਲਾਈਫ ਜਿਹੜੀ ਵੀ ਚੀਜ਼ ਮੈਨੂੰ ਲੀਡ ਕਰਨ ਤੋਂ ਹਟਾਉਂਦੀ ਹੈ ਜਾਂ ਕੋਈ ਕੁਛ ਐਸਾ ਕਰਦਾ ਹੈ ਜਿਸ 'ਤੇ ਮੇਰੀ ਲਾਈਫ ਇਫੈਕਟ ਹੁੰਦੀ ਹੈ, ਉਹ ਸਾਰੀ ਵਾਇਲੈਂਸ ਹੈ। ਅਨਫੋਰਚੁਨੇਟਲੀ ਇਹ ਸਾਰਾ ਸਿਨੈਰੀਓ, ਸਾਰਾ ਸਿਸਟਮ, ਇੰਸਟੀਟਿਊਸ਼ਨ ਮੇਲ ਡੋਮੀਨੇਟਡ ਹੈ। ਜਦੋਂ ਕੋਈ ਵਿਮੈਨ ਉਹਦੇ ਕੋਲ ਜਾਏਗੀ ਕਿ ਮੇਰੇ ਹਸਬੈਂਡ ਨੇ ਜੀ ਮੈਨੂੰ ਇੱਦਾਂ ਬੋਲਦਾ ਹੈ, ਮੈਨੂੰ ਡੀਗ੍ਰੇਡ ਕਰਦਾ ਹੈ, ਮੇਰੀ ਡਿਸਰਿਸਪੈਕਟ ਕਰਦਾ ਹੈ, ਉਹ ਚਾਰ ਇੰਸਟੈਂਸਿਸ ਦਿੰਦੀ ਹੈ। ਬੀ ਇਟ ਅ ਲੋਇਰ ਔਰ ਅ ਪੁਲਿਸਮੈਨ, ਉਹਨਾਂ ਦੀ ਬੈਕਗਰਾਊਂਡ 'ਚ ਮਨ 'ਚ ਇਹ ਚੱਲਦਾ ਵੀ ਇਹ ਕਿਹੜੀ ਵੱਡੀ ਗੱਲ ਹੋ ਗਈ, ਤਾਂ ਕੀ ਹੋਇਆ ਜੇ ਉਹਨੇ ਕਰਤਾ। ਉਹਨਾਂ ਨੂੰ ਸ਼ਾਇਦ ਇਹ ਵੀ ਚੱਲਦਾ ਹੋਇਆ ਕਿ ਮੈਂ ਤਾਂ ਘਰ ਰੋਜ਼ ਇਸ ਤੋਂ ਥੋੜ੍ਹਾ ਵੱਧ ਹੀ ਕਰਦਾ, ਮੇਰੀ ਵਾਲੀ ਤਾਂ ਘਰ ਬੈਠੀ ਹੈ। ਸੋ ਇਹਨੂੰ ਉਹ ਜਿਹੜਾ ਮਾਇੰਡਸੈਟ ਹੈ ਉਹ ਜਦ ਤੱਕ ਨਹੀਂ ਬਦਲੇਗਾ, ਜਜਿਸ ਦੇ ਕੋਲ ਕੇਸਿਸ ਜਾਂਦੇ ਹੈ ਉਹਨਾਂ ਦਾ ਉਹੀ ਮਾਇੰਡਸੈਟ ਹੈ, ਦੇ ਆਲਸੋ ਆਰ ਅਬਿਊਜ਼ਿੰਗ ਦੇਅਰ ਓਨ ਵਾਈਵਸ ਐਟ ਹੋਮ। ਜਦੋਂ ਇਹ ਐਕਟ ਆਇਆ ਸੀ, ਜਦੋਂ ਤੋਂ ਅਸੀਂ ਗੱਲ ਸ਼ੁਰੂ ਕੀਤੀ ਕਰਨੀ, ਆਈ ਥਿੰਕ ਉਹ ਅਸੀਂ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਸ਼ੁਰੂ ਕੀਤੀ ਸੀ। ਸਾਡੀ ਸੁਸਾਇਟੀ ਉਨੀ ਇਵੋਲਵ ਵੀ ਨਹੀਂ ਸੀ, ਉਨੀ ਇਹਨੂੰ ਐਕਸੈਪਟ ਵੀ ਨਹੀਂ ਸੀ ਕਰਦੀ ਫਿਜ਼ੀਕਲ ਵਾਇਲੈਂਸ ਤੋਂ ਬਿਯੋਂਡ। ਫਿਜ਼ੀਕਲ ਦਾ ਸਾਨੂੰ ਪਤਾ ਹੈ ਕਿ ਹਾਂ ਬਈ ਕੋਈ ਕਿਸੇ ਨੂੰ ਮਾਰਦਾ ਹੈ ਤਾਂ ਫਿਜ਼ੀਕਲ ਵਾਇਲੈਂਸ ਹੈ, ਬਟ ਦ ਰੈਸਟ ਆਫ ਦੀ ਵਾਇਲੈਂਸ 'ਤੇ ਅਸੀਂ ਕਦੀ ਵੀ ਪਹਿਲੇ ਇੰਨੇ ਸੈਂਸਿਟਿਵ ਸੀ ਨਹੀਂ। ਬਟ ਆਈ ਮਸਟ ਸੇ ਕਿ ਓਵਰ ਦ ਪੀਰੀਅਡ ਸਾਡੀ ਉਹ ਸੈਂਸਿਟਿਵਿਟੀ ਜ਼ਰੂਰ ਵਧੀ ਹੈ। ਉਹ ਇਸ ਹੱਦ ਤੱਕ ਆਈ ਹੈ ਕਿ ਐਟਲੀਸਟ ਇੱਕ ਪੜ੍ਹਿਆ ਲਿਖਿਆ ਤਬਕਾ, ਹਾਲੇ ਵੀ ਮੈਂ ਕਹਾਂਗੀ ਕਿ ਜਿਹੜਾ ਸਾਡਾ ਗਰੀਬ ਤਬਕਾ ਹੈ ਉਹਨਾਂ ਨੂੰ ਸ਼ਾਇਦ ਅੱਜ ਵੀ ਉਸ ਵਾਇਲੈਂਸ ਦੇ ਮਾਇਨੇ ਹੀ ਨਹੀਂ ਪਤਾ ਜਿਹਦੇ ਵਾਸਤੇ ਖਿਲਾਫ਼ ਉਹ ਖੜ੍ਹੇ ਹੋ ਸਕਦੇ ਹੈ। ਬਟ ਕੁਛ ਹੱਦ ਤੱਕ ਸੈਕਸ਼ਨ ਆਫ ਸੁਸਾਇਟੀ ਨੂੰ ਹੁਣ ਇਹ ਜਿਹੜੀ ਜੇ ਮੈਂ ਕਹਾਂ ਕਿ ਇਕਨੋਮਿਕ ਵਾਇਲੈਂਸ ਨੂੰ ਤਾਂ ਕੁੜੀਆਂ ਨੇ ਬਹੁਤ ਚੰਗੀ ਤਰ੍ਹਾਂ ਯੂਜ਼ ਕਰਨਾ ਸ਼ੁਰੂ ਕਰਤਾ, ਸਪੈਸ਼ਲੀ ਇਨ ਮੈਟਰੀਮੋਨੀਅਲ ਮੈਟਰਸ, ਜਿੱਥੇ ਉਹਨਾਂ ਨੂੰ ਹਸਬੈਂਡ ਖਰਚਾ ਨਹੀਂ ਦਿੰਦੇ, ਉਹ ਸਾਰੇ ਡੋਮੈਸਟਿਕ ਵਾਇਲੈਂਸ ਦੇ ਵਿੱਚ ਕੇਸ ਪਾ ਕੇ ਖਰਚਾ ਲੈਂਦੇ ਹੈ। ਬਟ ਓਵਰਆਲ ਜੇ ਅਸੀਂ ਦੇਖੀਏ ਤਾਂ ਉੱਥੇ ਉਹਨਾਂ ਨੂੰ ਖਰਚਾ ਲੱਗਦਾ ਵੀ ਹੈ ਡੋਮੈਸਟਿਕ ਵਾਇਲੈਂਸ ਦੇ ਵਿੱਚ, ਇਹ ਨਹੀਂ ਹੈ ਕਿ ਉਹਨਾਂ ਨੂੰ ਲੱਗਦਾ ਨਹੀਂ ਹੈ। ਬਟ ਓਵਰਆਲ ਆਈ ਥਿੰਕ ਹਲੇ ਸਾਨੂੰ ਸੈਂਸਿਟਿਵਿਟੀ ਹੋਰ ਬਹੁਤ ਵਧਾਉਣ ਦੀ ਜ਼ਰੂਰਤ ਹੈ ਸੁਸਾਇਟੀ ਦੇ ਵਿੱਚ। ਅਸਰੀਰਕ ਹਿੰਸਾ ਦੀਆਂ ਪੀੜਤ ਔਰਤਾਂ, ਪਰਿਵਾਰਾਂ ਅਤੇ ਸਮਾਜ 'ਤੇ ਪੈਂਦੇ ਅਸਰ ਬਾਰੇ ਵੀ ਸਮਝਣਾ ਅਹਿਮ ਹੈ। ਆਓ ਜਾਣੀਏ ਮਾਹਰ ਕੀ ਕਹਿੰਦੇ ਹਨ। ਤੁਹਾਡੇ ਜਿਹੜੇ ਬੱਚੇ ਹੈ ਉਹ ਮਾਂ ਨੂੰ ਰਿਸਪੈਕਟ ਨਹੀਂ ਦੇਣਗੇ, ਕਿਉਂਕਿ ਜੇ ਤੁਸੀਂ ਰਿਸਪੈਕਟ ਨਹੀਂ ਦਿਓਗੇ ਤਾਂ ਉਹ ਵੀ ਮਾਂ ਨੂੰ ਰਿਸਪੈਕਟ ਨਹੀਂ ਦੇਣਗੇ। ਜਿਹੜਾ ਇਮੋਸ਼ਨਲ ਅਬਿਊਜ਼, ਜਿਹੜਾ ਵਰਬਲ ਅਬਿਊਜ਼, ਇਹਦੇ ਕਰਕੇ ਵੀ ਔਰਤਾਂ ਵਿੱਚ ਫਿਰ ਡਿਪਰੈਸ਼ਨ ਹੋਰ ਜ਼ਿਆਦਾ ਵੱਧ ਜਾਂਦੀ ਹੈ। ਬੇਸਿਕਲੀ ਅਸੀਂ ਵਾਇਲੈਂਸ ਕਰਕੇ ਹੀ ਕਹਿੰਦੇ ਹਾਂ ਨਾ ਕਿ ਬਈ ਤੁਸੀਂ ਲੜਕੀਆਂ ਦਾ ਵਿਆਹ ਛੇਤੀ ਕਰ ਦਿਉ, ਜਾਂ ਦੂਸਰੀ ਜਗ੍ਹਾ ਜਾ ਕੇ ਤੁਸੀਂ ਕੰਮ ਨਹੀਂ ਕਰਨਾ, ਨੌਕਰੀ ਨਹੀਂ ਕਰਨੀ, ਵਾਇਲੈਂਸ ਕਰਕੇ ਕਹਿੰਦੇ ਹਾਂ ਨਾ। ਆਪਾਂ ਇਸ ਵਾਇਲੈਂਸ ਕੋ ਚੈੱਕ ਕਰਨ ਲਈ ਲੜਕੋਂ ਕੋ ਤੋ ਰੋਕਤੇ ਨਹੀਂ, ਸਮਾਜ ਕੋ ਸੁਧਾਰਨ ਦੀ ਕੋਸ਼ਿਸ਼ ਨਹੀਂ ਕਰਦੇ, ਸਮਾਜ ਦੀ ਸੋਚ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ। ਆਪਾਂ ਕੀ ਕਰਦੇ ਹਾਂ, ਆਪਾਂ ਲੜਕੀ ਨੂੰ ਹੀ ਦੋਸ਼ ਕਰਦੇ ਹਾਂ, ਲੜਕੀ ਨੂੰ ਹੀ ਬੰਦ ਕਰਕੇ ਰੱਖਣ ਦੀ ਕੋਸ਼ਿਸ਼ ਕਰਦੇ। ਜਦੋਂ ਤੁਸੀਂ ਪੜ੍ਹੀ ਲਿਖੀ ਲੜਕੀਆਂ ਨੂੰ ਬੰਦ ਕਰ ਰਹੇ ਹੋ, ਜਿਹਦੇ ਕੋਲ ਪੋਟੈਂਸ਼ੀਅਲ ਹੈ, ਸਕਿੱਲਸ ਹੈ, ਨੌਲੇਜ ਹੈ, ਇੰਟੈਲੀਜੈਂਟ ਹੈ, ਪਰਫਾਰਮੈਂਸ ਅੱਛੀ ਹੁੰਦੀ ਹੈ, ਤੁਸੀਂ ਕਿੰਨਾ ਆਪਣਾ ਹਿਊਮਨ ਰਿਸੋਰਸ ਵੇਸਟ ਕਰ ਰਹੇ ਹੋ। ਲਿੰਗ ਆਧਾਰਿਤ ਹਿੰਸਾ ਕਿਵੇਂ ਕਟਾਈ ਜਾ ਸਕਦੀ ਹੈ, ਇਸ ਬਾਰੇ ਵੀ ਮਾਹਰਾਂ ਨੇ ਵਿਚਾਰ ਰੱਖੇ। ਐਕਟ ਬਹੁਤ ਸੋਹਣੇ ਬਣ ਗਏ, ਸਰਕਾਰੀ ਕਾਗਜ਼ਾਂ ਦੇ ਵਿੱਚ ਸ਼ਾਇਦ ਕੋਈ ਨੋਮੀਨੇਟ ਵੀ ਹੋ ਗਿਆ ਕਿ ਇਹ ਪ੍ਰੋਟੈਕਸ਼ਨ ਆਫਿਸਰ ਹੋ ਗਿਆ, ਇਹ ਯੂ ਨੋ ਸੋ ਐਂਡ ਸੋ ਪੀਪਲ, ਬਟ ਕਿੰਨੇ ਲੋਕਾਂ ਨੂੰ ਜਿੱਥੇ ਇਹਦੀ ਮੈਕਸੀਮਮ ਜ਼ਰੂਰਤ ਹੈ ਸ਼ਾਇਦ ਉੱਥੇ ਬਹੁਤ ਵੱਡਾ ਗੈਪ ਹੈ। ਸਰਕਾਰੀ ਹਰ ਉਹ ਸਕੀਮ, ਐਕਟ, ਪ੍ਰੋਵਿਜ਼ਨ ਜਿਹੜੀ ਪਬਲਿਕ ਬੈਨੀਫਿਟ ਵਾਸਤੇ ਹੈ ਉਹ ਬਹੁਤ ਵੱਡੀ ਵੱਡੀ ਡਿਸਪਲੇ ਹੋ ਕੇ ਲੱਗਣੀ ਚਾਹੀਦੀ ਹੈ। ਅਨਫੋਰਚੁਨੇਟਲੀ ਸਾਡਾ ਲੋਅ ਇਹ ਕਹਿੰਦਾ ਹੈ ਯੂ ਆਰ ਸਪੋਜ਼ ਟੂ ਨੋ ਦੀ ਲੋਅ। ਹੁਣ ਜੇ ਸਰਕਾਰ ਨੇ ਕੋਈ ਲੋਅ ਬਣਾਤਾ, ਉਹ ਐਕਟ ਫਾਈਲਾਂ 'ਚ ਦੱਬ ਕੇ ਰਹਿ ਗਿਆ, ਹਾਊ ਇਜ਼ ਐਵਰੀ ਪਰਸਨ ਸਪੋਜ਼ ਟੂ ਨੋ ਕਿ ਲੋਅ ਕੀ ਬਣ ਗਿਆ। ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਸੈਂਸਿਟਿਵਿਟੀ, ਅਵੇਅਰਨੈਸ ਆ ਰਹੀ ਹੈ, ਪੀਪਲ ਹੈਵ ਸਟਾਰਟਡ ਰਿਅਲਾਈਜ਼ਿੰਗ। ਹਾਲੇ ਵੀ ਸਾਡੇ ਕੋਲ ਕੁਛ ਇੰਨੇ ਅੱਛੇ ਜੱਜਿਸ ਹੈ
ਜਿਨ੍ਹਾਂ ਦੀਆਂ ਸ਼ਾਇਦ ਆਪਣੀਆਂ ਵੀ ਡੋਟਰਸ ਹੋਣਗੀਆਂ ਐਂਡ ਦੇ ਰਿਅਲਾਈਜ਼ ਕਿ ਹਾਂ ਬਈ ਸਾਡੀ ਡੋਟਰ ਨਾਲ ਕੋਈ ਕਿਵੇਂ ਟ੍ਰੀਟ ਕਰੇ ਐਂਡ ਦੇ ਆਰ ਵੈਰੀ ਵੈਰੀ ਸੈਂਸਿਟਿਵ ਸੋ ਆਈ ਥਿੰਕ ਦੋਨੋਂ ਪਾਸੇ ਹੀ ਅਸੀਂ ਚੱਲ ਰਹੇ ਹਾਂ, ਹਰ ਤਰ੍ਹਾਂ ਦੇ ਹੈ, ਲੋਅਰ ਜੁਡੀਸ਼ਰੀ 'ਚ ਵੀ ਹਰ ਤਰ੍ਹਾਂ ਦੇ ਹੈਗੇ ਹੈ। ਪ੍ਰੋਪਰਟੀ ਰਾਈਟਸ ਬਹੁਤ ਜ਼ਰੂਰੀ ਹੈ, ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਪੇਰੈਂਟ ਸ਼ੁਰੂ ਤੋਂ ਆਪਣੇ ਬੱਚਿਆਂ ਨੂੰ ਕਹਿਣ ਕਿ ਇਹ ਤੁਹਾਡੀ ਦੋਨਾਂ ਦਾ ਘਰ ਹੈ, ਉਹਦੇ ਨਾਲ ਬਹੁਤ ਫਰਕ ਪਏਗਾ। ਇਨਫੈਕਟ ਮੁੰਡਿਆਂ ਦੇ ਬਿਹੇਵੀਅਰ ਵਿੱਚ ਵੀ ਫਰਕ ਪਏਗਾ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ 2020 ਦੇ ਮੁਕਾਬਲੇ ਔਰਤਾਂ ਖਿਲਾਫ਼ ਅਪਰਾਧ ਦੇ ਮਾਮਲਿਆਂ ਵਿੱਚ 15.3% ਵਾਧਾ ਹੋਇਆ ਹੈ।